ਦੌਲਤ ਅਗਰ ਤੁਸੀਂ ਇਹ ਸੂਤਰ ਨੂੰ ਸਮਝੋ ਧਿਆਨ ਦਿਓ ਦੌਲਤ ਕਿੱਥੋਂ ਆਈ ਹੈ ਦੌਲਤ ਕਿਤੇ ਲੈਣ ਨਹੀਂ ਗਏ ਦੌਲਤ ਦੀ ਖੋਜ ਖੋਜਕਾਰਾਂ ਨੇ ਕੀਤੀ ਹੈ ਦੌਲਤ ਕੀ ਹੈ ਬੇਸ਼ਕੀਮਤੀ ਪੱਥਰਾਂ ਤੋਂ ਦੌਲਤ ਇਜ਼ਾਤ ਹੋਈ ਹੈ ਤੇ ਦੌਲਤ ਦੇ ਬੇਸ਼ਕੀਮਤੀ ਪੱਥਰ ਆਏ ਕਿੱਥੋਂ ਨੇ ਪੱਥਰਾਂ ਨੂੰ ਬੇਸ਼ਕੀਮਤੀ ਬਣਾ ਦਿੰਦਾ ਹੈ ਕੁਦਰਤ ਨੇ ਵੱਡੇ ਵੱਡੇ ਪਹਾੜ ਖੜੇ ਕੀਤੇ ਪਹਾੜਾਂ ਦੇ ਵਿੱਚ ਉਹਨਾਂ ਨੇ ਬੇਸ਼ਕੀਮਤੀ ਪੱਥਰਾਂ ਦੀ ਨਮائش ਕਰ ਦਿੱਤੀ ਬਸ ਮਨੁੱਖ ਨੇ ਉੱਥੇ ਖੋਜ ਕਰਕੇ ਉਸ ਬੇਸ਼ਕੀਮਤੀ ਪੱਥਰ ਲੱਭ ਲਏ ਜਿਨ੍ਹਾਂ ਦੀ ਚਮਕ ਬਹੁਤ ਹੈ ਲੋਹੇ ਦੀ ਚਮਕ ਚਮਕੇਨੀ ਨਹੀਂ ਹੈ ਜਿੰਨੀ ਚਮਕ ਸੋਨੇ ਦੀ ਹੈ ਹੁਣ ਜਿੰਨੀ ਚਮਕ ਸੋਨੇ ਦੀ ਹੈ ਉਸ ਤੋਂ ਵੱਧ ਕੇ ਚਮਕ ਹੀਰੇ ਦੀ ਹੈ ਹੁਣ ਹੀਰੇ ਹੀਰੇ ਵੀ ਕਈ ਤਰ੍ਹਾਂ ਦੇ ਨੇ ਪੰਨੇ ਨੀਲਮ ਬੇਸ਼ਕੀਮਤੀ ਜਵਾਹਰਾਤ ਜੋ ਕਈ ਪਹਾੜਾਂ ਦੇ ਵਿੱਚੋਂ ਨਿਕਲਦੇ ਨੇ ਤੇ ਕਈ ਬੇਸ਼ਕੀਮਤੀ ਹੀਰੇ ਜਵਾਹਰਾਤ ਸਮੁੰਦਰ ਦੀ ਗਹਿਰਾਈ ਦੇ ਵਿੱਚੋਂ ਤਲਾਸ਼ ਕੀਤੇ ਜਾਂਦੇ ਨੇ ਅੱਜ ਉਸ ਦੇਸ਼ ਦੇ ਕੋਲ ਦੌਲਤ ਜ਼ਿਆਦਾ ਹੈ ਪੈਸਾ ਜ਼ਿਆਦਾ ਕਰੰਸੀ ਉਸ ਦੇਸ਼ ਦੀ ਸਭ ਤੋਂ ਉੱਪਰ ਤੇ ਸਤਰ ਤੇ ਹੈ ਜਿਸ ਦੇਸ਼ ਦੇ ਕੋਲ ਸੋਨੇ ਦੀ ਤਾਦਾਦ ਜ਼ਿਆਦਾ ਹੈ ਜਿੰਨੇ ਟਨ ਸੋਨਾ ਜਿਸ ਦੇਸ਼ ਦੇ ਕੋਲ ਜ਼ਿਆਦਾ ਹੈ ਉਸੇ ਹੀ ਦੇਸ਼ ਦੇ ਕੋਲ ਸਭ ਤੋਂ ਜ਼ਿਆਦਾ ਕਰੰਸੀ ਹੈ ਨੋਟ ਹੈ ਸੋਨੇ ਦੇ ਹਿਸਾਬ ਦੇ ਨਾਲ ਹੀ ਕਰੰਸੀ ਹੁੰਦੀ ਹੈ ਜਿੰਨੇ ਟਨ ਸੋਨਾ ਉਤਨੇ ਹੀ ਕਰੰਸੀ ਛਾਪਦੇ ਉਸਨੀ ਹੀ ਕਰੰਸੀ ਛਾਪਦੀ ਹੈ ਜਿਵੇਂ ਵਰਲਡ ਬੈਂਕ ਹੈ ਜਿਵੇਂ ਸਾਡਾ ਹਿੰਦੁਸਤਾਨ ਦਾ ਆਰਬੀਆਈ ਹੈ ਜਿੰਨਾ ਸੋਨਾ ਸਾਡੇ ਕੋਲ ਮੌਜੂਦ ਹੈ ਉਤਨੀ ਹੀ ਕਰੰਸੀ ਆਰਬੀਆਈ ਛਾਪਦਾ ਹੈ ਉਸ ਤੋਂ ਵੱਧ ਕੇ ਛਾਪ ਨਹੀਂ ਸਕਦਾ ਹੁਣ ਇਸ ਵਾਸਤੇ ਦੌਲਤ ਆਈ ਕਿੱਥੋਂ ਹੈ ਦੌਲਤ ਬੁਰੀ ਨਹੀਂ ਹੈ ਇੱਕ ਬੜਾ ਵੱਡਾ ਮਿਥ ਬਣਾ ਦਿੱਤਾ ਗਿਆ ਕਿ ਦੌਲਤ ਬਹੁਤ ਪੁਰੀ ਹੈ ਅਗਰ ਦੌਲਤ ਬੁਰੀ ਹੁੰਦੀ ਤੇ ਤੁਸੀਂ ਦੇਖਿਆ ਹੋਵੇਗਾ ਸੋਨੇ ਦੇ ਪਹਾੜ ਸੋਨੇ ਦੇ ਕੰਕਰ ਮੌਜੂਦ ਨੇ ਪਹਾੜਾਂ ਦੇ ਵਿੱਚ ਮਿੱਟੀ ਨੂੰ ਸਾਫ਼ ਕਰਕੇ ਉਸ ਦੇ ਵਿੱਚੋਂ ਸੋਨੇ ਦੇ ਕੰਨ ਨਿਕਲਦੇ ਨੇ ਅਫਰੀਕਾ ਦੇ ਵਿੱਚ ਲੋਕ ਇਸੇ ਤਰ੍ਹਾਂ ਹੀ ਸੋਨਾ ਕੱਢਦੇ ਨੇ तमाम ਦੁਨੀਆ ਦੇ ਵਿੱਚ ਇਸੇ ਤਰ੍ਹਾਂ ਹੀ ਸੋਨਾ ਨਿਕਲਦਾ ਹੈ ਹੀਰੇ ਹੀ ਇਸੇ ਤਰ੍ਹਾਂ ਨਿਕਲਦੇ ਨੇ ਕੋਲੇ ਤੋਂ ਹੀਰਾ ਹੀਰੇ ਤੋਂ ਹੀ ਕੋਲਾ ਪਹਿਲੇ ਹੀਰਾ ਬੜਾ ਕਾਲਾ ਹੁੰਦਾ ਹੈ ਉਹ ਪੱਥਰ ਹੀਰੇ ਦਾ ਕਾਲਾ ਬਿਲਕੁਲ ਮਿੱਟੀ ਲੱਗੀ ਹੋਈ ਹੈ ਦੇਖਣ ਦਾ ਮਨ ਨਹੀਂ ਕਰ ਰਿਹਾ ਪਰ ਉਹ ਜਿਹੜਾ ਪੱਥਰ ਨਿਕਲਿਆ ਉਹ ਪਹਾੜਾਂ ਦੇ ਵਿੱਚੋਂ ਨਿਕਲਿਆ ਤਮਾਮ ਹੀਰੇ ਪਹਾੜਾਂ ਦੇ ਵਿੱਚੋਂ ਨਿਕਲਦੇ ਨੇ ਅੱਜ ਕਹਿੰਦੇ ਨੇ ਬੇਸ਼ਕੀਮਤੀ ਹੀਰਾ ਕਿਸੇ ਵਕਤ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਸੀਗਾ ਕੋਹੀਨੂਰ ਸਭ ਤੋਂ ਵੱਡ ਕੈਰਟ ਦਾ ਹੀਰਾ ਸੀਗਾ ਕੋਹੀਨੂਰ ਜਿਉਂ-ਜਿਉਂ ਹੁਕਮਰਾਨਾਂ ਦੇ ਕੋਲ ਆਂਦਾ ਗਿਆ ਤਿਉਂ-ਤਿਉਂ ਉਹ ਕੋਹੀਨੂਰ ਹੀਰਾ ਤਰਾਸ਼ ਕੇ ਛੋਟਾ ਹੁੰਦਾ ਗਿਆ ਇਹ ਸਵਾਸਤੇ ਦੌਲਤ ਬੁਰੀ ਨਹੀਂ ਹੈ ਦੌਲਤ ਦਾ ਇਸਤੇਮਾਲ ਬੁਰਾ ਬੁਰੇ ਬੰਦਿਆਂ ਦੇ ਹੱਥ ਵਿੱਚ ਆ ਜਾਵੇ ਤੇ ਹਿਟਲਰ ਵਰਗੇ ਰੋਗ ਵਰਲਡ ਵਾਰ ਕਰਾ ਦਿੰਦੇ ਨੇ ਬੁਰੇ ਬੰਦਿਆਂ ਦੇ ਵਿੱਚ ਹੱਥ ਦੇ ਵਿੱਚ ਆ ਜਾਏ ਤਾਂ ਔਰੰਗਜ਼ੇਬ ਵਰਗੇ तमाम ਲੋਕਾਂ ਨੂੰ ਗੁਲਾਮ ਬਣਾ ਕੇ ਮਜ਼ਬਬ ਤਬਦੀਲ ਕਰਾ ਦਿੰਦੇ ਨੇ ਦੌਲਤ ਬੁਰੀ ਨਹੀਂ ਅਗਰ ਬੁਰੀ ਹੁੰਦੀ ਤਾਂ ਪਰਮਾਤਮਾ ਲక్ష్ਮੀ ਨੂੰ ਪੈਦਾ ਨਾ ਕਰਦਾ ਜੋ ਵਿਸ਼ਨੂੰ ਦੇ ਕੋਲ ਮੌਜੂਦ ਹੈ ਹਰ ਵਕਤ ਵਿਸ਼ਨੂੰ ਦੀ ਅਰਦੰਗਣੀ ਹੈ ਲక్ష్ਮੀ ਲక్ష్ਮੀ ਦੇ ਜਿਸ ਕਮਲ ਦੇ ਫੁੱਲ ਦੇ ਉੱਤੇ ਬੈਠੀ ਹੈ ਜਿਸ ਆਸਨ ਦੇ ਉੱਤੇ ਬੈਠੀ ਹੈ ਉਹ ਕਮਲ ਦਾ ਫੁੱਲ ਹੈ ਇਸੇ ਤਰ੍ਹਾਂ ਇਸ ਤਰ੍ਹਾਂ ਹੈ ਕਮਲ ਦਾ ਫੁੱਲ ਤੁਸੀਂ ਦੇਖਿਆ ਹੋਵੇਗਾ ਉਸੇ ਹੀ ਕਮਲ ਦੇ ਫੁੱਲ ਦੇ ਵਿੱਚ तमाम ਦੁਨੀਆ ਦੇ ਖਜ਼ਾਨੇ ਖੰਡਾ ਬ੍ਰਹਮੰਡਾਂ ਦੇ ਦੌਲਤ ਸ਼ੋਰਤ ਮੌਜੂਦ ਹੈ ਉਸੇ ਹੀ ਕਮਲ ਦੇ ਫੁੱਲ ਦੇ ਵਿੱਚ ਅਗਰ ਉਹ ਲక్ష్ਮੀ ਦਾ ਕਮਲ ਦਾ ਫੁੱਲ ਦੇਖਣਾ ਹੋਏ ਤਾਂ ਚਲੇ ਜਾਓ ਸ੍ਰੀ ਹਰਮੰਦਰ ਸਾਹਿਬ ਦੇ ਸਭ ਤੋਂ ਉੱਪਰ ਉੱਪਰਲੀ ਮੰਜ਼ਿਲ ਦੇ ਉੱਤੇ ਗੁੰਬਦ ਦੇ ਉੱਤੇ ਉਹ ਕਮਲ ਦਾ ਫੁੱਲ ਇਸੇ ਤਰ੍ਹਾਂ ਪੁੱਠਾ ਹੀ ਲੰਮੇ ਪਿਆ ਹੋਇਆ ਪੁੱਠਾ ਪਾਇਆ ਹੋਇਆ ਕਮਲ ਦਾ ਫੁੱਲ ਇਸ ਤਰ੍ਹਾਂ ਸਿੱਧਾ ਪਰ ਸ੍ਰੀ ਹਰਮੰਦਰ ਸਾਹਿਬ ਦੇ ਗੁੰਬਦ ਦੇ ਉੱਤੇ ਕਮਲ ਦਾ ਫੁੱਲ ਪੁੱਠਾ ਪਾਇਆ ਹੈ ਕਿ ਇੱਥੇ ਸਾਰੀ ਲక్ష్ਮੀ ਦਾ ਖਜ਼ਾਨਾ ਇੱਥੇ ਉਢੇਲ ਦਿੱਤਾ ਹੈ ਪ੍ਰਮਾਤਮਾ ਨੇ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਦਰ ਸੋਨੇ ਦਾ ਹੈ ਕਿਉਂਕਿ ਉੱਥੇ ਕਮਲ ਦਾ ਫੁੱਲ ਲక్ష్ਮੀ ਦਾ ਪੁੱਠਾ ਹੈ ਗੁੰਬਦ ਉੱਤੇ ਦੇਖੋ ਪੁਠਾ ਲੰਮੇ ਪਾਇਆ ਹੈ ਕਿ ਇਹ ਸਾਰੀ ਲక్ష్ਮੀ ਇੱਥੇ ਉਡੇਲ ਦਿੱਤੀ ਹੈ ਵਿਸ਼ਨੂੰ ਦੀ ਜੋ ਲక్ష్ਮੀ ਹੈ ਸ੍ਰੀ ਹਰਮੰਦਰ ਸਾਹਿਬ ਦੇ ਉੱਪਰਲੇ ਗੁੰਬਦ ਦੇ ਉੱਤੇ ਦੇਖੋ ਉਸੇ ਤਰ੍ਹਾਂ ਹੀ ਗੁੰਬਦ ਹੈ ਤੇ ਮੈਂ ਇਹ ਅਰਜ਼ ਕਰਨਾ ਚਾਹ ਰਿਹਾ ਕਿ ਜੇਕਰ ਅਸੀਂ ਪ੍ਰਮਾਤਮਾ ਦੇ ਕੋਲ ਸਿੱਧੀ ਆਪਣੀ ਗੱਲ ਕਰੀਏ ਕਿ ਪ੍ਰਮਾਤਮਾ ਸਾਨੂੰ ਦੌਲਤ ਚਾਹੀਦੀ ਹੈ ਤੇ ਦੇ ਤੇ ਉਹ ਕਿਉਂ ਨਾ ਦੇਗਾ ਕਿਉਂਕਿ ਉਹ ਉਸ ਪਰਮਾਤਮਾ ਦੀ ਬਣਾਈ ਹੈ ਹੁਣ ਮਹਾਤਮਾ ਨੇ ਵੱਡੀ ਮਿੱਥ ਬਣਾ ਦਿੱਤਾ ਹੈ ਕਿ ਸਭ ਮੋ ਮਾਇਆ ਦਾ ਤਿਆਗ ਕਰ ਦੋ ਦੌਲੋ ਸ਼ੋਰ ਦਾ ਤਿਆਗ ਕਰ ਦੋ ਹੁਣ ਮਹਾਤਮਾ ਤਾਂ 200 ਗੱਡੀਆਂ ਦੇ ਵਿੱਚ ਘੁੰਮਦੇ ਨੇ ਸੋਨੇ ਦੇ ਜਹਿਵਰਾਂ ਜਹਿਵਰ ਪਹਿਨਦੇ ਨੇ ਪੋਸ਼ਾਕਾਂ ਉਹਨਾਂ ਦੀਆਂ ਬੇਸ਼ਕੀਮਤੀ ਨੇ तमाम ਬੋਡੀਗਾਰਡ ਇਤਨਾ ਵੱਡਾ ਧਾਮ-ਜਾਮ ਤੁਸੀਂ ਦੇਖੋ ਉਹਨਾਂ ਦੀਆਂ ਸੰਸਥਾਵਾਂ ਦੇ ਵਿੱਚ ਆ ਕੇ ਤੇ ਫਿਰ ਉਹ ਦੌਲਤ ਸ਼ੋਰ ਦਾ ਕਿਉਂ ਨਹੀਂ ਤਿਆਗ ਕਰ ਰਹੇ ਦੌਲਤ ਸ਼ੋਰਤ ਇਸ ਵਾਸਤੇ ਰੱਖੀ ਹੈ ਕਿਉਂਕਿ ਮਨੁੱਖ ਨੂੰ ਪੇਟ ਲਗਾਇਆ ਹੈ ਪੇਟ ਦੌਲਤ ਮੰਗਦੀ ਹੈ ਪੇਟ ਪੈਸਾ ਮੰਗਦੀ ਹੈ ਪੈਸੇ ਦੇ ਨਾਲ ਹੀ ਰੋਟੀ ਆਏਗੀ ਨਹੀਂ ਤਾਂ ਨਹੀਂ ਆਏਗੀ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਮੌਤੋਂ ਭੁੱਖ ਬੁਰੀ ਰਾਤੀ ਸੁੱਤੇ ਖਾਂ ਸਵੇਰੇ ਫਿਰ ਖੜੀ ਰਾਤੀ ਰੋਟੀ ਖਾਦੀ ਹੈ ਸਵੇਰੇ ਫਿਰ ਭੁੱਖ ਲੱਗ ਗਈ ਹੈ ਦੁਪਹਿਰੇ ਫਿਰ ਲੱਗ ਗਈ ਹੈ ਫਿਰ ਰਾਤ ਦੀ ਭੁੱਖ ਤਾਂ ਵੱਧ ਹੀ ਜਾਂਦੀ ਹੈ ਹੁਣ ਭੁੱਖ ਦੀ ਤ੍ਰਿਪਤੀ ਪੈਸੇ ਦੇ ਨਾਲ ਹੋਏਗੀ ਉਸ ਤਰ੍ਹਾਂ ਨਹੀਂ ਪੈਸਾ ਹੋਏਗਾ ਤੇ ਫਿਰ ਅਨ ਖਰੀਦਾਂਗੇ ਕੁਝ ਫਲ ਫਰੂਟ ਸਬਜ਼ੀਆਂ ਆਪਣੇ ਵਾਸਤੇ ਪੇੜ ਦੇ ਵਿੱਚ ਪਾਵਾਂਗੇ ਹੁਣ ਦੌਲਤ ਸ਼ੋਹਰਤ ਉਸ ਪਰਿਪੂਰਨ ਪਰਮਾਤਮਾ ਨੇ ਦਿੱਤੀ ਹੈ ਤੇ ਉਸ ਪਰਿਪੂਰਨ ਪਰਮਾਤਮਾ ਦੀ ਦੌਲਤ ਨੂੰ ਅਸੀਂ ਜੇਕਰ ਉਹਦੇ ਅੱਗੇ ਹੀ ਰੱਖ ਦਈਏ ਕਿ ਵੀ ਹੁਣ ਤੂੰ ਹੀ ਦੱਸ ਇਸ ਦੌਲਤ ਦਾ ਇਸਤੇਮਾਲ ਕਿਵੇਂ ਕਰਨਾ ਹੈ ਤੇ ਫਿਰ ਪਰਮਾਤਮਾ ਬਿਲਕੁਲ ਹੀ ਸਹੀ ਇਸਤੇਮਾਲ ਕਰਵਾਏਗਾ ਕਿਸੇ ਨੂੰ ਭੁੱਖੇ ਨੂੰ ਰਜਾ ਦੇਣਾ ਉਸੇ ਹੀ ਦੌਲਤ ਦੇ ਨਾਲ ਕਿਸੇ ਕਿਸੇ ਲੋੜਵੰਦ ਦੀ ਮਦਦ ਕਰ ਦੇਣੀ ਹੈ ਕਿਸੇ ਦੇ ਉੱਤੇ ਛੱਤ ਪਾ ਦੇਣੀ ਹੈ ਇਹ ਹੀ ਦੌਲਤ ਦਾ ਆਕਰਸ਼ਮ ਹੈ ਅਗਰ ਸਹੀ ਤਰੀਕੇ ਦੇ ਨਾਲ ਲਗਾਈ ਗਈ ਹੋਵੇ ਹੁਣ ਦੌਲਤ ਉਸ ਪਰਮਾਤਮਾ ਨੇ ਦਿੱਤੀ ਹੈ ਤੇ ਉਸੇ ਹੀ ਪਰਮਾਤਮਾ ਦੇ ਅੱਗੇ ਰੱਖ ਕੇ ਇਹ ਹੀ ਅਰਦਾਸ ਕਰਨੀ ਹੈ ਜਿਸ ਤਰ੍ਹਾਂ 47 ਅਰਦਾਸ ਤਾਸੂ ਤਰਕਲ ਕੀ ਤਰਨੇ ਸਾਡੀ ਝੋਲੀ ਪਾਇਆ ਖਜ਼ਾਨੇ ਆਕ ਰਖ ਟੇਕ ਰਾਖਾ ਤੂੰ ਹੀ ਏਕ ਕੀ ਖਜ਼ਾਨੇ ਦੀ ਰੱਖਿਆ ਹੈ ਪ੍ਰਭੂ ਤੂੰ ਕਰਨੀ ਹੈ ਜਦ ਮੈਂ ਤਜੋਰੀ ਦੇ ਵਿੱਚੋਂ ਖਜ਼ਾਨਾ ਕੱਢਾਂ ਪੈਸੇ ਕੱਢਾਂ ਤੇ ਜਦ ਮੈਂ ਪੈਸੇ ਲਿਆ ਕੇ ਮਿਹਨਤ ਦੇ ਨਾਲ ਤਜੋਰੀ ਦੇ ਵਿੱਚ ਰੱਖਾਂ ਰੱਖਣ ਵੇਲੇ ਤੇ ਪੈਸੇ ਕੱਢਣ ਵੇਲੇ ਇਸ ਤਜੋਰੀ ਦੀ ਰੱਖਿਆ ਪਰੀਪੂਰਨ ਪਰਮਾਤਮਾ ਤੂੰ ਕਰਨੀ ਹੈ ਕਿਉਂਕਿ ਤੇਰੇ ਤੋਂ ਹੀ ਸਾਰੀ ਦੌਲਤ ਆਈ ਹੈ ਤੇ ਤੇਰੇ ਅੱਗੇ ਹੀ ਰੱਖ ਦਿੱਤੀ ਹੈ ਹੁਣ ਤੂੰ ਹੀ ਇਸ ਦੀ ਰੱਖਿਆ ਕਰ ਮੈਂ ਇਸ ਦਾ ਕੋਈ ਵਾਲੀ ਵਾਰਸ ਨਹੀਂ ਦੌਲਤ ਦਾ ਵਾਲੀ ਵਸਤੂ ਆ ਕਿਉਂਕਿ ਤੂੰ ਇਸ ਨੂੰ ਪੈਦਾ ਕੀਤਾ ਤੂੰ ਹੀ ਜਨਮਦਾਤਾ ਲక్ష్ਮੀ ਦਾ ਤੂੰ ਹੀ ਜਨਮਦਾਤਾ ਮਾਇਆ ਦਾ ਤੂੰ ਹੀ ਜਨਮਦਾਤਾ ਹੀਰੇ ਜਵਾਹਰਾਤ ਪੰਨਿਆਂ ਦਾ ਜਿੰਨੇ ਵੀ ਬੇਸ਼ਕੀਮਤੀ ਪੱਥਰ ਮੌਜੂਦ ਨੇ ਹੁਣ ਤੂੰ ਹੀ ਇਸ ਦੀ ਰੱਖਿਆ ਕਰ ਖਜ਼ਾਨੇ ਆਕਰਖ ਟੇਕ ਰਾਖਾਂ ਤੂੰ ਹੀ ਇੱਕ ਤੂੰ ਹੀ ਇੱਕ ਰੱਖਿਆ ਰੱਖਿਆ ਕਰ ਹੈ ਤੂੰ ਹੀ ਰਕਸ਼ਾ ਕਰ ਐਸੇ ਹੀ ਸੰਤਾਲੀ ਦੇ ਸੂਤਰ ਨੂੰ ਸਮਝ ਲੈਣਾ ਜੋ ਸੰਤਾਲ ਜੀ ਅਰਦਾਸ ਦਾ ਸੂਤਰ ਹੈ 47000 ਅਰਦਾਸ ਹੈ ਜੋ 101 ਅਰਦਾਸਾਂ ਦੇ ਵਿੱਚੋਂ ਇਸ ਵਾਸਤੇ ਦੌਲਤ ਬੁਰੀ ਨਹੀਂ ਹੈ ਪਰ ਦੌਲਤ ਦਾ ਇਸਤੇਮਾਲ ਅਗਰ ਬੁਰੇ ਹੱਥਿਆਂ ਦੇ ਬੁਰੇ ਹੱਥਾਂ ਦੇ ਵਿੱਚ ਆ ਜਾਏ ਤਾਂ ਫਿਰ ਔਰੰਗਜ਼ੇ ਵਰਗੇ ਜ਼ੁਲਮੀ ਬਣ ਜਾਂਦੇ ਨੇ ਹਿਟਲਰ ਵਰਗੇ तमाम ਦੁਨੀਆ ਦੇ ਵਿੱਚ ਵਰਲਡ ਕੱਪ ਵਰਲਡ ਵਾਰ ਕਰਾ ਕੇ ਕਰੋੜਾ ਬੰਦਿਆਂ ਨੂੰ ਮੌਤ ਦੇ ਕਾਰਡ ਉਤਾਰ ਦਿੰਦੇ ਨੇ ਦੌਲਤ ਬੁਰੀ ਨਹੀਂ ਹੈ ਦੌਲਤ ਦਾ ਇਸਤੇਮਾਲ ਬੁਰਾ ਬੁਰੇ ਹੱਥਿਆਂ ਦੇ ਵਿੱਚ ਬੁਰੇ ਹੱਥਾਂ ਦੇ ਵਿੱਚ ਆ ਜਾਏ ਤਾਂ ਫਿਰ ਬੁਰਾ ਕਰਾਉਂਦੀ ਹੈ ਅਗਰ ਦੌਲਤ ਚੰਗੇ ਹੱਥਾਂ ਦੇ ਵਿੱਚ ਆ ਜਾਏ ਤਾਂ ਫਿਰ ਉਹ ਚੰਗਾ ਕਰਾਉਂਦੀ ਹੈ ਇਸ ਵਾਸਤੇ ਸੰਤਾ ਮਹਾਪੁਰਸ਼ਾਂ ਦੇ ਕੋਲ ਤੁਸੀਂ ਦੇਖਦੇ ਹੋ ਕਾਰ ਸੇਵਾ ਵਾਲੇ ਵੀ ਮਹਾਪੁਰਖ ਮੌਜੂਦ ਨੇ तमाम ਦੁਨੀਆ ਦੇ ਵਿੱਚ ਬੜੇ ਹੀ ਬੜੇ ਮਹਾਤਮਾ ਮੌਜੂਦ ਨੇ ਉਹਨਾਂ ਦੇ ਕੋਲ ਦੌਲਤ ਸਿਰਫ ਇਸ ਵਾਸਤੇ ਹੈ ਕਿ ਵੀ ਉਹ ਚੰਗੇ ਪਾਸੇ ਲਗਾ ਸਕਣ ਸਿਰਫ ਦੌਲਤ ਦਾ ਇਸਤੇਮਾਲ ਹੀ ਬੰਦੇ ਨੂੰ ਬੁਰਾ ਤੇ ਚੰਗਾ ਬਣਾਉਂਦਾ ਹੈ ਅਗਰ ਚੰਗਾ ਕਰੇਗਾ ਤੇ ਫਿਰ ਦੌਲਤ ਚੰਗੇ ਪਾਸੇ ਲੱਗੇਗੀ ਚੰਗੇ ਹੱਥਾਂ ਦੇ ਵਿੱਚ ਆਏਗੀ ਅਗਰ ਬੁਰੇ ਹੱਥਾਂ ਦੇ ਵਿੱਚ ਆਏਗੀ ਤੇ ਫਿਰ ਬਲਦਕਾਰੀ ਤੇ ਜ਼ੁਲਮੀ ਬਣ ਜਾਏਗਾ तमाम ਜੂਏਖਾਨਿਆਂ ਦੇ ਵਿੱਚ ਉੜਾਏਗਾ ਦੌਲਤ ਬੁਰੀ ਨਹੀਂ ਹੈ ਪਰਮਾਤਮਾ ਤੋਂ ਸਿੱਧੀ ਦੌਲਤ ਮੰਗੋ ਪਰਮਾਤਮਾ ਤੋਂ ਸਿੱਧੀ ਦੌਲਤ ਮੰਗ ਕੇ ਤੇ ਫਿਰ ਉਸੇ ਹੀ ਪਰਮਾਤਮਾ ਦੇ ਅੱਗੇ ਹੀ ਅਰਦਾਸ ਕਰੋ ਪਰਮਾਤਮਾ ਦੌਲਤ ਤੇਰੇ ਤੋਂ ਲਈ ਹੈ तमाम ਖਜ਼ਾਨਾ ਤੇਰੇ ਤੋਂ ਆਇਆ ਹੁਣ ਇਸ ਖਜ਼ਾਨੇ ਦੀ ਰੱਖਿਆ ਵੀ ਤੂੰ ਹੀ ਕਰਨੀ ਹੈ ਬਸ ਇਸੇ ਤਰ੍ਹਾਂ ਹੀ 47 ਅਰਦਾਸ ਹੈ ਅੱਜ ਬਸ ਇਨਾ ਹੀ ਤੇ ਇਹ ਬੜਾ ਬਿਊਟੀਫੁਲ ਟੌਪਿਕ ਹੈ ਪਰ ਮੈਂ ਬਾਜ ਇਸ ਇੱਥੇ ਹੀ ਸਮਾਪਤੀ ਕਰਦਾ ਤੇ ਫਿਰ ਕਦੀ ਜਦੋਂ ਮੌਕਾ ਮਿਲਿਆ ਖਿਆਲ ਆਇਆ ਤੇ ਫਿਰ ਤੁਹਾਡੇ ਅੱਗੇ ਰੱਖਾਂਗਾ ਖਜ਼ਾਨੇ ਦੇ ਬਾਬਤ ਕਿ ਦੌਲਤ ਕਿੱਥੋਂ ਆਈ ਹੈ ਅੱਜ ਬਸ ਇਹ ਨਹੀਂ ਭੁੱਲਾ ਚੁੱਕਾ ਦੀ ਮਾਫੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ